Friends, today I am going to share present indefinite tense with you. We also call this tense simple tense. Okay. We use this tense. A tense kithe use kithe in the regular activities jehdi aapan roz koi zindagi de vich assi karde haan koi cheeza, theek hai? Likes dassan layi, dislikes dassan layi, koi pasand hai koi na pasand koi cheez hai ohnu dassan layi te universal truth. ਠੀਕ ਹੈ, ਜਿਹੜੀ ਚੀਜ਼ ਹਮੇਸ਼ਾ ਇੱਕੋ ਵਾਰੀ ਇੱਦਾਂ ਹੀ ਹੁੰਦੀ ਆ ਉਹਦੇ ਲਈ ਆਪਾਂ ਦੱਸਣ ਲਈ ਯੂਜ਼ ਕਰਦੇ ਹਾਂ ਇਹਨੂੰ. ਠੀਕ ਹੈ, ਇਹ ਵਾਲੇ ਟੈਂਸ. ਇਹਦੀ ਪਹਿਚਾਣ ਕੀ ਹੁੰਦੀ ਹੈ? ਦਾ ਹੈ, ਦੀ ਹੈ, ਦੀਆਂ ਹਨ, ਦਾ ਹਾਂ, ਦੀ ਹਾਂ, ਦੇ ਹਨ, ਐਕਸੈਕਟਰਾ. ਇਹ ਸਾਰੀਆਂ ਇਹਦੀ ਪਹਿਚਾਣ ਹੁੰਦੀ ਹੈ. ਜਿੱਥੇ ਵਾਕ ਦੇ ਐਂਡ ਦੇ ਵਿੱਚ ਦਾ ਹੈ, ਦੀ ਹੈ, ਦੀਆਂ ਹਨ, ਇੱਦਾਂ ਦਾ ਕੁਝ ਲੱਗਾ ਹੈ, ਆਪਾਂ ਨੂੰ ਉੱਥੇ ਪਤਾ ਲੱਗ ਜੂਗਾ ਕਿ ਇਹ ਕੀ ਹੈ, ਸਿੰਪਲ ਪ੍ਰੈਜੈਂਟ ਟੈਂਸ ਹੈ ਜਾਂ ਫਿਰ ਪ੍ਰੈਜੈਂਟ ਇਨਡੈਫੀਨਿਟ ਟੈਂਸ ਹੈ. ਇਹ ਟੈਂਸ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਇਹ ਆਪਾਂ ਰਾਈਟਿੰਗ ਦੇ ਵਿੱਚ ਐਜ਼ ਵੈਲ ਐਜ਼ ਸਪੀਕਿੰਗ ਦੇ ਵਿੱਚ ਆਪਾਂ ਬਹੁਤ ਯੂਜ਼ ਕਰਦੇ ਹਾਂ. ਜੇ ਆਪਾਂ ਸਿਕਸ ਪੈਨਸ ਲੈਣੇ ਆ, ਠੀਕ ਹੈ, ਦੈਨ ਸਿੰਪਲ ਇਨਡੈਫੀਨੇਟ, ਦੈਟ ਇਜ਼ ਪ੍ਰੈਜੈਂਟ ਇਨਡੈਫੀਨੇਟ ਐਂਡ ਫਿਊਚਰ ਇਨਡੈਫੀਨੇਟ ਇਜ਼ ਇਨਫ ਫੋਰ ਅਸ ਟੂ ਸਕੋਰ ਸਿਕਸ ਬੈਂਡਸ ਇਨ ਆਈਲਸ ਰਾਈਟਿੰਗ ਐਜ਼ ਵੈਲ ਐਜ਼ ਸਪੀਕਿੰਗ. ਠੀਕ ਹੈ, ਥੋੜ੍ਹੇ ਜਿਹੇ ਹੋਰ ਟੈਂਸ ਆਪਾਂ ਨੂੰ ਕਰਨੇ ਪੈਂਦੇ, ਬਟ ਇਹ ਜ਼ਿਆਦਾ ਆਪਾਂ ਇਹਨਾਂ 'ਤੇ ਇੰਪੋਰਟੈਂਸ ਦਿੰਦੇ ਨਾਲ ਸਟੇਟਮੈਂਟਸ. ਰੂਲ ਕੀ ਹੁੰਦਾ ਇਹਦੇ ਵਿੱਚ? ਐਕਸਟਰਾ ਇਨਫੋਰਮੇਸ਼ਨ ਲਗਾਉਂਦੇ ਹਾਂ, ਫਿਰ ਕੌਮਾ ਪਗਾਉਂਦੇ ਹਾਂ, ਫਿਰ ਸਬਜੈਕਟ, ਫਿਰ ਨਾਲ ਵਰਬ ਦੀ ਫਸਟ ਫਾਰਮ ਲੱਗਦੀ ਹੈ, ਐਸੀਆਂ ਈ ਐਸ ਲੱਗਦੀ ਜਿੱਥੇ ਸਬਜੈਕਟ ਕੀ ਹੈ, ਸਿੰਗੂਲਰ ਹੁੰਦਾ ਹੈ. ਠੀਕ, ਫਿਰ ਓਬਜੈਕਟ, ਫਿਰ ਦੈਨ ਐਕਸਟਰਾ ਇਨਫੋਰਮੇਸ਼ਨ ਜੇ ਕੋਈ ਵੀ ਹੈਗੀ ਹੈ. ਠੀਕ ਹੈ, ਇਹ ਆਪਾਂ ਐਕਟਿਵ ਦਾ ਰੂਲ ਲਿਖਿਆ, ਐਕਟਿਵ ਲਈ ਹੁੰਦਾ. ਐਕਟਿਵ ਜਿਹੜਾ ਟੈਂਸ ਹੁੰਦਾ ਉਹਦੇ 'ਚ ਜਿਹੜਾ ਓਬਜੈਕਟ ਹੁੰਦਾ ਹੈ ਉਹ ਕੈਨ ਔਰ ਕੈਨੋਟ ਬੀ ਪ੍ਰੈਜੈਂਟ, ਹੋ ਵੀ ਸਕਦਾ ਹੈ, ਨਹੀਂ ਵੀ ਹੋ ਸਕਦਾ. ਵਿਦਆਊਟ ਓਬਜੈਕਟ ਜਿਹੜਾ ਹੈ ਇਹ ਟੈਂਸ ਕੰਪਲੀਟ ਹੁੰਦਾ ਹੈ. ਠੀਕ ਹੈ, ਅਤੇ ਐਸੇ ਹੀ ਐਸ ਆਪਾਂ ਸਿੰਗੂਲਰਲੀ ਲਗਾਉਂਦੇ ਹਾਂ ਕਿੱਥੇ ਕਿੱਥੇ ਆਪਾਂ ਕਿਹੜੀਆਂ ਕਿਹੜੀਆਂ ਵਰਬ ਹੁੰਦੀਆਂ, ਵਰਬ ਦੀ ਹੁਣ ਆਪਾਂ, ਕਿਉਂਕਿ ਇਹਦੇ 'ਚ ਵਰਬ ਆਪਾਂ ਯੂਜ਼ ਕਰਨੀ ਹੈ. ਠੀਕ ਹੈ, ਦਿਸ ਇਜ਼ ਦਾ ਵਰਬ, ਵਰਬ ਦੀ ਫਸਟ ਫੋਰਮ ਆਪਾਂ ਯੂਜ਼ ਕਰਦੇ ਹਾਂ ਇਹਦੇ ਵਿੱਚ. ਠੀਕ ਹੈ, ਆਪਾਂ ਹੁਣ ਦੇਖਦੇ ਵਰਬ ਕਿਹੜੀਆਂ ਕਿਹੜੀਆਂ ਹੁੰਦੀਆਂ ਜਿੱਥੇ ਜਿੱਥੇ ਆਪਾਂ ਇਹਨਾਂ ਨੂੰ ਯੂਜ਼ ਕਰਦੇ ਹਾਂ. ਠੀਕ ਹੈ, ਐਕਟੀਵਿਟੀਜ਼ ਵੀ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ, ਜਿਵੇਂ ਕਿ ਫਿਜ਼ੀਕਲ ਐਕਟੀਵਿਟੀ ਹੋ ਸਕਦੀ ਆ. ਮੈਂ ਪੜ੍ਹਾਉਂਦੀ ਹਾਂ, ਰਨਿੰਗ ਕਰਦਾ ਕੋਈ ਬੰਦਾ, ਕੋਈ ਵਾਕ ਕਰਦਾ ਹੈ, ਕੋਈ ਰਾਈਟਿੰਗ ਕਰਦਾ ਹੈ, ਕੋਈ ਸਪੋਰਟਸ ਖੇਡਦਾ ਹੈ, ਪਲੇ ਕਰਦਾ ਕੁਛ. ਠੀਕ ਹੈ, ਇਹ ਸਾਰੀਆਂ ਫਿਜ਼ੀਕਲ ਐਕਟੀਵਿਟੀਜ਼ 'ਚ ਆਉਂਦਾ ਹੈ. ਉਸ ਤੋਂ ਬਾਅਦ ਮੈਂਟਲ ਐਕਟੀਵਿਟੀ ਹੁੰਦੀ ਹੈ. ਮੈਂਟਲ ਐਕਟੀਵਿਟੀ ਹੁੰਦੀ ਜਿਹਦੇ ਵਿੱਚ ਥਿੰਕਿੰਗ ਆ ਜਾਂਦੀ, ਆਪਾਂ ਕੁਝ ਸੋਚ ਰਹੇ ਹਾਂ, ਮੈਂ ਕੁਝ ਇਮੈਜਿਨ ਕਰ ਰਿਹਾ, ਮੈਂ ਆਪਣੇ ਅੰਦਾਜ਼ਾ ਲਗਾ ਰਿਹਾ, ਕੁਝ ਮੈਮੋਰਾਈਜ਼ ਕਰਨ ਦੀ, ਕੁਝ ਮੈਂ ਯਾਦ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ, ਅੰਡਰਸਟੈਂਡ ਕਰ ਰਹੀ, ਕਿਸੇ ਚੀਜ਼ ਨੂੰ ਸਮਝ ਰਹੀ ਹਾਂ ਮੈਂ. ਠੀਕ ਹੈ, ਫਿਰ ਇਮੋਸ਼ਨਲ ਐਕਟੀਵਿਟੀਜ਼ ਹੁੰਦੀਆਂ, ਫੀਲਿੰਗਸ ਵੀ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਜਿਵੇਂ ਇੰਜੋਏ ਕਰਦੇ ਹਾਂ, ਸੈਡ ਹਾਂ, ਹੈਪੀ ਹਾਂ, ਫਰਸਟ੍ਰੇਟਿਡ ਹਾਂ, ਡਿਸਅਪੁਆਇੰਟਡ ਹਾਂ. ਠੀਕ ਹੈ, ਖੁਸ਼ ਹਾਂ, ਮੈਂ ਦੁਖੀ ਹਾਂ, ਮੈਨੂੰ ਕਿਸੇ 'ਤੇ ਗੁੱਸਾ ਆ ਰਿਹਾ, ਐਂਗਰੀ ਹਾਂ ਮੈਂ. ਠੀਕ ਹੈ, ਇਹ ਸਾਰੀਆਂ ਹੁੰਦੀਆਂ ਇਮੋਸ਼ਨਲ ਐਕਟੀਵਿਟੀਜ਼ ਦੇ ਵਿੱਚ. ਹੁਣ ਆਪਾਂ ਰੈਗੂਲਰ ਐਕਟੀਵਿਟੀਜ਼ ਕਿਵੇਂ ਆਪਾਂ ਇਹਨੂੰ ਯੂਜ਼ ਕਰਦੇ ਹਾਂ, ਰੈਗੂਲਰ ਐਕਟੀਵਿਟੀਜ਼ ਦੀ ਆਪਾਂ ਗੱਲ ਕਰ ਲਈਏ. ਰੈਗੂਲਰ ਐਕਟੀਵਿਟੀਜ਼ ਕਿਵੇਂ ਯੂਜ਼ ਹੁੰਦਾ? ਜਿਵੇਂ ਆਪਾਂ ਕਹਿ ਦਈਏ, ਸਰਕਾਰ ਕਾਨੂੰਨ ਬਣਾਉਂਦੀ ਹੈ. ਠੀਕ ਹੈ, ਸਰਕਾਰ ਕੀ ਹੈ? ਸਬਜੈਕਟ ਇਹਦੇ ਵਿੱਚ, ਕਾਨੂੰਨ ਓਬਜੈਕਟ ਆ, ਵਰਬ ਕੀ ਚੀਜ਼ ਹੈ? ਬਣਾਉਣਾ, ਕੋਈ ਚੀਜ਼ ਬਣਾਈ ਜਾਂਦੀ ਹੈ. ਠੀਕ ਹੈ, ਅਤੇ ਹੈ ਆਪਾਂ ਨੂੰ ਦੱਸਦਾ ਆ ਟੈਂਸ ਦੀ ਪਹਿਚਾਣ ਵੀ ਕਿਹੜੀ ਫੋਰਮ ਦਾ ਟੈਂਸ ਹੈ ਆਪਣੇ ਕੋਲ. ਠੀਕ ਹੈ, ਦੀ ਹੈ, ਜਿਵੇਂ ਆਪਾਂ ਉੱਪਰ ਕਿਹਾ ਸੀਗਾ, ਦਾ ਹੈ, ਦੀ ਹੈ, ਦੀਆਂ ਹਨ ਲੱਗਾ ਹੁੰਦਾ, ਇਹਦੇ ਵਿੱਚ ਦੀ ਹੈ ਲੱਗਾ, ਇਹ ਪਹਿਚਾਣ ਆਪਾਂ ਨੂੰ ਦੱਸਦਾ ਹੈ. ਗਵਰਮੈਂਟ ਸਿੰਗੂਲਰ ਹੈ, ਗਵਰਮੈਂਟ ਹਮੇਸ਼ਾ ਸਿੰਗੂਲਰ, ਇੱਕ ਬੋਡੀ ਹੁੰਦੀ ਹੈ ਗਵਰਮੈਂਟ, ਗਵਰਮੈਂਟ ਦੇ ਨਾਲ ਐਸ ਜ਼ਰੂਰ ਲੱਗਦਾ ਹੈ. ਠੀਕ ਹੈ, ਗਵਰਮੈਂਟ ਮੇਕਸ ਰੂਲ ਔਰ ਲੋਜ਼ ਵੀ ਆਪਾਂ ਕਹਿ ਸਕਦੇ ਹਾਂ. ਠੀਕ ਹੈ, ਰੂਲਸ ਬਣਾਉਂਦੀ ਆ, ਲੋਜ਼ ਬਣਾਉਂਦੀ ਆ. ਠੀਕ ਹੈ, ਫਿਰ ਆਪਾਂ ਕਹਿ ਦਿੰਦੇ, ਮੈਂ ਕੋਈ ਐਕਟੀਵਿਟੀ ਕਰਦੀ ਡੇਲੀ, ਮੈਂ ਹਰ ਰੋਜ਼ ਸੈਰ ਕਰਨ ਜਾਂਦੀ ਹਾਂ. ਠੀਕ ਹੈ, ਮੈਂ ਡੇਲੀ ਕਰਦੀ ਹਾਂ ਹੁਣ ਐਕਟੀਵਿਟੀ, ਮੈਂ ਕੋਈ ਗੁਰਦੁਆਰਾ ਸਾਹਿਬ ਜਾਂਦਾ, ਕੋਈ ਕੋਈ ਸਵੇਰੇ ਜਲਦੀ ਉੱਠਦਾ ਹੈ. ਠੀਕ ਹੈ, ਇਹ ਸਾਰੀਆਂ ਡੇਲੀ ਐਕਟੀਵਿਟੀਜ਼ ਦੇ ਵਿੱਚ ਆਉਂਦਾ. ਆਈ ਗੋ ਟੂ ਵਾਕ ਡੇਲੀ, ਡੇਲੀ ਮੇਰੇ ਕੋਲ ਕੀ ਸੀਗਾ? ਐਕਸਟਰਾ ਇਨਫੋਰਮੇਸ਼ਨ ਸੀ. ਮੈਂ ਸੈਰ ਕਰਨ ਜਾਂਦੀ ਹਾਂ, ਸੈਂਟੈਂਸ ਮੇਰਾ ਕੰਪਲੀਟ ਹੋ ਜਾਣਾ ਸੀ. ਹਰ ਰੋਜ਼ ਮੈਂ ਕੀ ਦਿੱਤਾ? ਐਕਸਟਰਾ ਇਨਫੋਰਮੇਸ਼ਨ ਦੇ ਦਿੱਤੀ ਆ ਮੈਂ ਵਿੱਚ. ਠੀਕ ਹੈ, ਅਤੇ ਇਹ ਡੇਲੀ ਲਗਾ ਦਿੱਤਾ ਆਪਾਂ ਨੇ ਇੱਥੇ, ਜਾਂ ਫਿਰ ਆਪਾਂ ਇਹਨੂੰ ਇੱਦਾਂ ਵੀ ਯੂਜ਼ ਕਰ ਸਕਦੇ ਹਾਂ, ਡੇਲੀ ਤੋਂ ਬਾਅਦ ਕੌਮਾ ਲਗਾ ਕੇ ਆਈ ਗੋ ਟੂ ਵਾਕ. ਫਿਰ ਬੱਚੇ ਖੇਡਦੇ ਹਨ, ਇਹ ਵੀ ਰੈਗੂਲਰ ਦੇ ਵਿੱਚ ਕਰਦੇ ਆ. ਠੀਕ, ਇਹਦੇ 'ਚ ਸਬਜੈਕਟ ਕੀ ਆ? ਬੱਚੇ. ਵਰਬ ਆ
ਖੇਡਦੇ, ਇੱਥੇ ਆਪਣੇ ਕੋਲ ਓਬਜੈਕਟ ਨਹੀਂ ਹੈਗਾ ਕੋਈ, ਠੀਕ ਹੈ। ਵਿਦਆਊਟ ਓਬਜੈਕਟ ਆਪਾਂ ਕਿਹਾ ਸੀ ਕਿ ਵਿਦਆਊਟ ਓਬਜੈਕਟ ਇਹ ਸੈਂਟੈਂਸ ਕੰਪਲੀਟ ਹੁੰਦੇ, ਇੱਥੇ ਆਪਣੇ ਕੋਲ ਓਬਜੈਕਟ ਕੋਈ ਨਹੀਂ ਹੈਗਾ। ਚਿਲਡਰਨ ਪਲੇ, ਚਿਲਡਰਨ ਪਲੂਰਲ ਹੁੰਦਾ ਹੈ, ਦੈਨ ਕੀ ਹੈ ਪਲੇ, ਉਹ ਖੇਡਦੇ ਆ, ਪਲੇ ਕਰਦੇ ਆ ਉਹ। ਫਿਰ ਆਪਾਂ ਕਹਿ ਦਈਏ ਕਿ ਸਬਜੈਕਟ ਓਬਜੈਕਟ ਆਪਾਂ ਸਾਰਾ ਕੁਝ ਦੇਖਦੇ ਹਾਂ। ਫਿਰ ਬੱਚੇ ਕ੍ਰਿਕਟ ਖੇਡ ਦੇ ਮੈਦਾਨ ਵਿੱਚ ਖੇਡਦੇ ਹਨ, ਠੀਕ। ਹੁਣ ਬੱਚੇ ਕੀ ਕਰਦੇ ਆ, ਕੰਮ ਕਿਹੜਾ ਕਰ ਰਹੇ, ਓਬਜੈਕਟ ਕੀ ਹੈ ਜਿਹੜਾ ਕੰਮ ਹੋ ਰਿਹਾ ਹੈ। ਬੱਚੇ ਸਬਜੈਕਟ ਹੈ ਜਿਹੜੇ ਕੰਮ ਕਰਦੇ ਪਏ ਆ, ਓਬਜੈਕਟ ਕੀ ਹੈ ਕ੍ਰਿਕਟ ਖੇਡੀ ਜਾ ਰਹੀ ਹੈ, ਠੀਕ। ਕਿੱਥੇ ਖੇਡੀ ਜਾ ਰਹੀ, ਖੇਡ ਦੇ ਮੈਦਾਨ ਵਿੱਚ, ਆਪਣੇ ਕੋਲ ਐਕਸਟਰਾ ਇਨਫੋਰਮੇਸ਼ਨ ਆ। ਖੇਡਦੇ ਹਨ, ਇਹ ਆਪਣੇ ਕੋਲ ਪਹਿਚਾਣ ਲੱਗੀ ਹੋਈ ਹੈ, ਦੇ ਲੱਗਾ ਹੋਇਆ, ਦੇ ਹਨ, ਇਹ ਆਪਣੇ ਕੋਲ ਵਰਬ ਆ। ਚਿਲਡਰਨ ਪਲੇ ਕ੍ਰਿਕਟ, ਇੱਥੇ ਸੈਂਟੈਂਸ ਆਪਣਾ ਕੰਪਲੀਟ ਸੀਗਾ। ਫਿਰ ਮੈਂ ਕੀ ਕੀਤਾ, ਨਾਲ ਐਕਸਟਰਾ ਇਨਫੋਰਮੇਸ਼ਨ ਲਿਖ ਦਿੱਤੀ, ਇਨ ਗਰਾਊਂਡ ਜਾਂ ਇਨ ਦ ਗਰਾਊਂਡ ਵੀ ਕਹਿ ਸਕਦੇ, ਜੇ ਕੋਈ ਸਪੈਸੀਫਿਕ ਗਰਾਊਂਡ ਆ ਆਪਾਂ ਉੱਥੇ ਦ ਲਗਾਉਂਗੇ, ਠੀਕ ਹੈ। ਜਸਟ ਜੇ ਉੱਦਾਂ ਹੀ ਕੋਈ ਗਰਾਊਂਡ ਆਪਾਂ ਕਹਿ ਰਹੇ ਹਾਂ, ਠੀਕ ਹੈ, ਫਿਰ ਆਪਾਂ ਗਰਾਊਂਡ ਇਕੱਲਾ ਯੂਜ਼ ਕਰਾਂਗੇ। ਫਿਰ ਆਪਾਂ ਲਾਈਕਸ ਐਂਡ ਡਿਸਲਾਈਕਸ ਦੀ ਗੱਲ ਕਰ ਲੈਂਦੇ ਹਾਂ। ਲਾਈਕਸ ਅਤੇ ਡਿਸਲਾਈਕਸ ਲਈ ਵੀ ਆਪਾਂ ਇਹ ਟੈਂਸ ਯੂਜ਼ ਕਰਦੇ ਹਾਂ। ਜਿਵੇਂ ਕਹਿ ਦਈਏ, ਮੈਂ ਘਰ ਵਿੱਚ ਰਹਿਣਾ ਮੈਨੂੰ ਘਰ ਵਿੱਚ ਰਹਿਣਾ ਪਸੰਦ ਹੈ, ਠੀਕ ਹੈ। ਮੈਨੂੰ ਘਰ ਵਿੱਚ ਰਹਿਣਾ ਪਸੰਦ, ਉਹਨੂੰ ਮੈਂ ਆਪਣਾ ਲਾਈਕ ਦੱਸ ਰਹੀ ਹਾਂ ਇਹਦੇ 'ਚ। ਆਈ ਲਾਈਕ ਟੂ ਸਟੇ ਐਟ ਹੋਮ, ਆਈ ਸੀਗਾ, ਆਈ ਨੂੰ ਆਪਾਂ ਹਮੇਸ਼ਾ ਪਲੂਰਲ ਦੀ ਫੋਰਮ ਦੇ ਵਿੱਚ ਯੂਜ਼ ਕਰਦੇ ਹਾਂ, ਠੀਕ ਹੈ, ਤਾਂ ਕਰਕੇ ਆਪਾਂ ਲਾਈਕ ਲਿਖਿਆ ਇੱਥੇ। ਜੇ ਕੋਈ ਹੋਰ ਹੁੰਦਾ, ਮੇਰੀ ਸਹੇਲੀ, ਜਿਵੇਂ ਕਹਿ ਦਈਏ ਮੇਰੀ ਸਹੇਲੀ ਨੂੰ ਘਰ ਵਿੱਚ ਰਹਿਣਾ ਪਸੰਦ ਹੈ, ਉੱਥੇ ਆਪਾਂ ਲਿਖਣਾ ਸੀ ਮਾਈ ਫਰੈਂਡ ਲਾਈਕਸ ਟੂ, ਫਿਰ ਆਪਾਂ ਲਾਈਕਸ ਲਗਾਉਣਾ ਸੀ। ਬੱਚਿਆਂ ਨੂੰ ਖਿਡੌਣੇ ਪਸੰਦ ਹੁੰਦੇ ਹਨ, ਇਹ ਲਾਈਕ ਕਰਦੇ ਆ, ਇਹ ਉਹਨਾਂ ਦੀ ਹੈਬਿਟ ਹੀ ਹੁੰਦੀ ਹੈ ਕਿ ਉਹਨਾਂ ਨੂੰ ਖਿਡੌਣੇ ਪਸੰਦ ਹੈ। ਚਿਲਡਰਨ ਲਾਈਕ ਟੋਇਜ਼, ਚਿਲਡਰਨ ਟੋਇਜ਼ ਨੂੰ ਲਾਈਕ ਕਰਦੇ ਆ। ਮੇਰੀ ਸਹੇਲੀ ਨੂੰ, ਹੁਣ ਮੇਰੀ ਸਹੇਲੀ ਇੱਥੇ ਆ ਗਈ, ਫਰੀ ਸਮੇਂ ਵਿੱਚ, ਠੀਕ ਹੈ, ਫਰੀ ਸਮੇਂ ਵਿੱਚ ਆਪਣੇ ਕੋਲ ਐਕਸਟਰਾ ਇਨਫੋਰਮੇਸ਼ਨ ਹੈ। ਪੜ੍ਹਨਾ ਪਸੰਦ ਹੈ, ਠੀਕ ਹੈ। ਹੁਣ ਇਹਦੇ 'ਚ ਓਬਜੈਕਟ ਨਹੀਂ ਸੀ ਕੋਈ ਆਪਣੇ ਕੋਲ, ਪੜ੍ਹਨਾ ਵੀ ਵਰਬ ਦੀ ਫੋਰਮ ਹੈ, ਪਸੰਦ ਵੀ ਵਰਬ ਦੀ ਫੋਰਮ ਹੈ, ਠੀਕ। ਮਾਈ ਫਰੈਂਡ ਲਾਈਕਸ ਟੂ ਰੀਡ ਇਨ ਫਰੀ ਟਾਈਮ, ਫਰੀ ਟਾਈਮ ਕਹਿ ਸਕਦੇ ਹਾਂ, ਲੈਜਰ ਟਾਈਮ ਕਹਿ ਸਕਦੇ ਹਾਂ ਆਪਾਂ ਇਹਨੂੰ। ਨੈਕਸਟ ਟੈਂਸ, ਬਹੁਤ ਲੋਕਾਂ ਨੂੰ ਬਾਹਰ ਦਾ ਖਾਣਾ ਪਸੰਦ ਹੈ, ਬਹੁਤ ਲੋਕ ਪਸੰਦ ਕਰਦੇ ਅੱਜ ਕੱਲ੍ਹ, ਕਿਉਂਕਿ ਉਹਨਾਂ ਦੇ ਬਿਜ਼ੀ ਸ਼ਕੈਡਿਊਲ ਆ, ਉਹਦੇ ਕਰਕੇ ਉਹ ਕੀ ਆ ਬਾਹਰ ਹੀ ਖਾਂਦੇ ਆ ਜ਼ਿਆਦਾਤਰ। ਮੈਨੀ ਪੀਪਲ, ਹੁਣ ਇੱਥੇ ਜ਼ਿਆਦਾ, ਠੀਕ, ਲਾਈਕ ਟੂ ਆਊਟਡੋਰ ਫੂਡ, ਆਊਟਡੋਰ ਫੂਡ ਨੂੰ ਲਾਈਕ ਕਰਦੇ ਆ ਕਈ ਲੋਕ, ਬਹੁਤ ਜ਼ਿਆਦਾ ਲੋਕ ਆ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਮੈਨੀ ਪੀਪਲ ਲਾਈਕ ਟੂ ਆਊਟਸਾਈਡ ਫੂਡ, ਜਿਹੜਾ ਬਾਹਰਲਾ ਖਾਣਾ ਉਹਨੂੰ ਪਸੰਦ ਕਰਦੇ ਆ। ਫਿਰ ਦੈਨ ਯੂਨੀਵਰਸਲ ਟਰੁੱਥ ਦੀ ਗੱਲ ਆ ਜਾਂਦੀ, ਯੂਨੀਵਰਸਲ ਟਰੁੱਥ ਕਿਹੜੇ ਕਿਹੜੇ ਹੁੰਦੇ ਆ। ਜਿਵੇਂ ਆਪਾਂ ਕਹਿ ਦਈਏ ਹਵਾ ਚੱਲਦੀ ਹੈ, ਇਹ ਯੂਨੀਵਰਸਲ ਆ ਵੀ ਹਵਾ ਨੇ ਚੱਲਣਾ ਹੀ ਚੱਲਣਾ ਹੈ, ਠੀਕ। ਵਿੰਡ ਬਲੋਸ ਹੈ ਸੀਗਾ, ਵਿੰਡ ਬਲੋਸ, ਗੱਡੀ ਸੜਕ ਉੱਪਰ ਚੱਲਦੀ ਹੈ, ਜਿਹੜੀ ਗੱਡੀ ਆ ਉਹ ਸੜਕ ਉੱਪਰ ਚੱਲਦੀ ਹੈ ਗੱਡੀਆਂ ਸਾਰੀਆਂ। ਕਾਰ ਰਨਸ ਐਟ ਰੋਡ, ਰੋਡ ਦੇ ਉੱਤੇ ਚੱਲਦੀ ਹੈ, ਆਪਾਂ ਉੱਪਰ ਦੱਸ ਤਾਂ ਪ੍ਰੈਪੋਜੀਸ਼ਨ ਲਗਾ ਦਿੱਤੀ ਆਪਾਂ ਨੇ ਇੱਥੇ, ਠੀਕ ਹੈ, ਦੱਸਣ ਲਈ ਵੀ ਕਿਹੜੀ ਲੋਕੇਸ਼ਨ ਆ ਉਹਦੀ, ਠੀਕ ਹੈ, ਕਿੱਥੇ ਆ ਉਹਦੀ ਸਾਰੀ ਦੱਸਣ ਲਈ ਆਪਾਂ ਐਟ ਲਗਾਇਆ, ਐਟ ਰੋਡ, ਐਟ ਰੋਡ ਉੱਪਰ ਚੱਲਦੀ ਉਹਦੇ 'ਤੇ। ਬਲਬ ਰੋਸ਼ਨੀ ਕਰਦਾ ਹੈ, ਬਲਬ ਆਪਾਂ ਨੂੰ ਰੋਸ਼ਨੀ ਦਿੰਦਾ ਹੈ, ਰੋਸ਼ਨੀ ਕਰਦਾ ਬਲਬ। ਬਲਬ ਪ੍ਰੋਵਾਈਡਸ ਔਰ ਗਿਵਸ ਕਹਿ ਸਕਦੇ ਆਪਾਂ, ਬਲਬ ਕਿਉਂਕਿ ਇੱਕ ਹੈ ਆਪਣੇ ਕੋਲ, ਬਲਬ ਪ੍ਰੋਵਾਈਡਸ ਔਰ ਬਲਬ ਗਿਵਸ ਲਾਈਟ। ਦਰੱਖਤਾਂ ਨੂੰ ਪੱਤੇ ਲੱਗਦੇ ਹਨ, ਦਰੱਖਤਾਂ ਨੂੰ ਪੱਤੇ ਲੱਗਦੇ ਵੀ ਯੂਨੀਵਰਸਲ ਟਰੁੱਥ ਹੈ। ਟਰੀਜ਼ ਗਿਵ ਲੀਵਸ, ਜਾਂ ਟਰੀਜ਼ ਗਿਵ ਬਰਥ ਟੂ ਲੀਵ, ਠੀਕ ਹੈ, ਉਹਨਾਂ ਨੂੰ ਪੈਦਾ ਕਰਦੇ ਆ ਪੱਤਿਆਂ ਨੂੰ। ਵਾਹਨ ਪੈਟਰੋਲ ਦੀ ਸਹਾਇਤਾ ਨਾਲ ਚੱਲਦੇ ਹਨ, ਇਹ ਆਪਾਂ ਨੂੰ ਪਤਾ ਹੀ ਆ ਵੀ ਜਿਹੜੇ ਕੋਈ ਵੀ ਵਹੀਕਲ ਆ ਉਹ ਕਿਸੇ ਪੈਟਰੋਲ ਦੇ ਵਿੱਚ ਜਾਂ ਆਇਲ ਦੇ ਨਾਲ ਹੀ ਚੱਲਦਾ ਹੈ, ਫਿਊਲ ਦੇ ਨਾਲ ਹੀ ਚੱਲੂਗਾ, ਉਹ ਉੱਦਾਂ ਨਹੀਂ ਚੱਲ ਸਕਦਾ ਕਦੇ ਵੀ। ਵਹੀਕਲਸ ਰਨ ਵਿਦ ਦੀ
help of petrol. ठीक है, vehicles run कर दिया, वाहन चल दिया, ये सारा चल दे हन, ये अपने को सी सेंटेंस कंप्लीट। पेट्रोल की सहायता नाल ये आपां एक्स्ट्रा इनफॉर्मेशन दे दित्ती है। अगे नैक्सट टेंस हैगा, दरख्त हवा नू साफ करते हैं। दरख्तों का काम कि हवा नू साफ करना, आपां नू पता ही है भी दरख्त की करते हैं, ऑक्सीजन छड्डदे आ ते कार्बन डाइऑक्साइड नू अबजॉर्ब करते आ, एयर प्योरीफिकेशन का काम करते आ। ट्रीज प्योरीफाई एयर, ट्रीज ज़्यादा सीगे तां करके आपां प्योरीफाई लिखिया। ठीक, जे अपने कोल एक हुंदा फिर आपां लिखना सी प्योरीफाइज, एफ वाई कट के आई ई एस लग जानी सी नाल। थोड़े टेंस ट्रांसलेट करन ले, फर्स्ट इज मैं स्कूल जांदी हाँ। ठीक है, मैं हाँ इत्थे की है आई दे नाल फॉर्म बनूगी, स्कूल जाना गो जिवें आपां कहिंदे। सरकार लोकां नूं मीडिया दी मदद नाल जागरूक करती है। हुण सरकार की करती है, लोकां नूं जागरूक करती है, जिथे जागरूक करना उत्थे आपां यूज करते हैं मेक अवेयर या फिर स्प्रेड अवेयरनेस। मेक अवेयर, क्योंकि अवेयर फॉर्म नहीं होंगी वर्ब की, मेक जड़ा है मेक दे अकॉर्डिंग आप यूज़ करांगे इन मेक, जैसे फर्स्ट फॉर्म मेक या सैकेंड मेड या थर्ड भी मेड या स्प्रेड। सरकार या सिंगुलर है इतने हम अपने को। पानी उपर तो नीचे वल वहिंदा है, वहना हैगा फ्लो, रन नहीं होंदा, पानी फ्लो करता है, पानी उपर तो नीचे वल वहिंदा है। एक ही अपने को यूनिवर्सल ट्रुथ है भी पानी जड़ा हमेशा उपरों नीचे वल ही आता, नैचुरल जड़ी एक्टिविटी है। ठीक है, उदा तो आप उपर चढ़ा सकते हैं मशीन की हैल्प दे नाल, किसी होर किसी चीज़ की हैल्प दे नाल, बट पानी की है नैचुरल फ्लो उहदा की है वह उपर तो नीचे वल ही होगा हमेशा। लोग अपना ज़्यादा कम मशीनों की सहायता नाल करते हैं। लोग जिहड़े अजकल की आ मशीनों पर ज़्यादा डिपेंड हो गए, अपना ज़्यादा काम मशीनों की हैल्प नाल करते हैं, विद दी हैल्प ऑफ मशीनस आप लिख सकते हैं। ठीक, विद दी असिस्टेंस ऑफ मशीन, कंप्लीट काम करते हैं, कंप्लीट वर्क। लोग बुरे समय विच एक दूजे की मदद करते हैं, ये नैचुरल अपने बिहेवियर या लोगों का बहुत सारे लोग करते हैं। इदा कोई भी मुसीबत आती है, कुछ भी जिवें फ्लड्स आ गए, कुछ हो गया, लोग एक दूजे की हैल्प करना पसंद करते हैं, बहुत सारे लोगों का नेचर होंगे, कई लोग नहीं भी करते बट काफ़ी लोग करते हैं इदा। ठीक है, अजकल बहुत सारे विद्यार्थी इंटरनेट की मदद नाल पढ़ाई करते हैं, ये भी रेगुलर एक्टिविटी है भी वो करी जा रहे हैं। ठीक है, काफ़ी जड़े बच्चे अजकल इंटरनेट की हैल्प नाल स्टडी करते हैं, कंप्लीट करते अपनी स्टडी। माता पिता अपने बच्चियां नू मॉरल वैल्यूज सिखाते हैं। ठीक है, माता पिता के चंगे गुण सिखाते अपने बच्चियां नू मॉरल वैल्यूज दसते हैं। ठीक, ये अज दे लैसन कंप्लीट है, जेडे आप कल मैं तुहानू टेंस स्टेटमेंट्स पाईया सी उन्हां दे आंसर्स मैं डिक्टेट कर दिंदी एक बार ट्रांसलेट करके। ठीक है, जिवें फस्ट अपने कोल सीगा फस्ट सी मेरे शहर विच बहुत सहूलतां हन, बहुत सारिया फैसिलिटीज़ है मेरे शहर के, आप इनू करना सी चेंज, देयर आर मैनी फैसिलिटीज़ इन माई टाउन। ठीक है, बहुत सारिया फैसिलिटीज़ है, देयर आर ए लोकेशन के लिए आप यूज़ किया। फिर मेरा भरा डॉक्टर है, माई ब्रदर डॉक्टर है, माई ब्रदर इज़ डॉक्टर, वह प्रोफेशन है, बाय प्रोफेशन वो की काम करता, डॉक्टर का काम करता है। फिर अगे नैक्सट, बहुत सारे लोग फ्री हैं, अजकल बहुत सारे लोग फ्री आ, फिर यदा अपना ट्रांसलेशन नहीं सी, मैनी पीपल आर फ्री। दैन बच्चियां कोल बहुत खिडौने हैं, ये भी एक अपने कोल पता ही है भी अपन भी बच्चों कोल बहुत सारे खिडौने हैं। चिल्ड्रन हैव मैनी टॉयज,
ਉਹਨਾਂ ਕੋਲ ਪੁਜ਼ੈਸ਼ਨ ਹੈ, ਬਿਲੋਂਗਿੰਗ ਹੈ, ਉਹਨਾਂ ਦੀ ਚੀਜ਼ਾਂ ਉਹਨਾਂ ਕੋਲ ਜਿਨ੍ਹਾਂ ਨੂੰ ਆਪਣਾ ਕਹਿ ਸਕਦੇ ਹਾਂ। ਫਿਰ ਸ਼ਹਿਰ ਦੇ ਵਿਚਕਾਰ ਇੱਕ ਟੈਂਪਲ ਹੈ, ਟੈਂਪਲ ਹੈ ਸ਼ਹਿਰ ਦੇ ਵਿਚਕਾਰ। ਦੇਅਰ ਇਜ਼ ਅ ਟੈਂਪਲ ਇਨ ਸੈਂਟਰ ਆਫ ਸਿਟੀ, ਜਾਂ ਫਿਰ ਆਪਾਂ ਇਹ ਲਿਖ ਸਕਦੇ ਹਾਂ ਸਿਟੀ ਸੈਂਟਰ ਦੇ ਵਿੱਚ। ਦੈਨ ਨੈਕਸਟ, ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ, ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਸੀ ਆਪਣੇ ਕੋਲ। ਫਸਟ ਪ੍ਰਾਈਮ ਮਿਨਿਸਟਰ ਆਫ ਕੰਟਰੀ, ਪ੍ਰਧਾਨ ਮੰਤਰੀ ਵਾਜ ਜਵਾਹਰ ਲਾਲ ਨਹਿਰੂ। ਦੈਨ ਮੇਰੇ ਦੋਸਤ ਕੋਲ ਇੱਕ ਬਹੁਤ ਵੱਡਾ ਘਰ ਸੀ, ਮੇਰੇ ਦੋਸਤ ਕੋਲ ਘਰ ਸੀ ਪਹਿਲਾਂ ਬਹੁਤ ਵੱਡਾ। ਮਾਈ ਫਰੈਂਡ ਹੈਡ ਅ ਬਿਗ ਹਾਊਸ, ਪਹਿਲਾਂ ਹੁੰਦਾ ਸੀ ਉਹਦੇ ਕੋਲ ਇੱਕ ਬਹੁਤ ਵੱਡਾ ਘਰ। ਪਿਛਲੇ ਸਾਲ ਇਸ ਜਗ੍ਹਾ ਉੱਪਰ ਇੱਕ ਕਾਰਖਾਨਾ ਸੀ, ਲਾਸਟ ਈਅਰ ਸੀਗਾ ਕਾਰਖਾਨਾ, ਲਾਸਟ ਈਅਰ ਕੌਮਾ ਪਾ ਦਿੱਤਾ ਆਪਾਂ ਨੇ, ਐਕਸਟਰਾ ਇਨਫੋਰਮੇਸ਼ਨ ਸੀ, ਦੇਅਰ ਵਾਜ ਅ ਇੰਡਸਟਰੀ ਐਟ ਦਿਸ ਪਲੇਸ, ਇੰਡਸਟਰੀ ਕਹਿ ਸਕਦੇ, ਫੈਕਟਰੀ ਕਹਿ ਸਕਦੇ। ਕੱਲ੍ਹ ਮੈਂ ਘਰ ਵਿੱਚ ਸੀ, ਕੱਲ੍ਹ ਮੈਂ ਕੀ ਘਰ ਵਿੱਚ ਆਪਣਾ ਟਾਈਮ ਸਪੈਂਡ ਕੀਤਾ। ਆਈ ਵਾਜ ਇਨ ਹਾਊਸ ਯੈਸਟਰਡੇ, ਯੈਸਟਰਡੇ ਆਪਾਂ ਅੱਗੇ ਲਿਆ ਕੇ ਉਹ ਵੀ ਕਰ ਸਕਦੇ ਚੇਂਜ। ਪ੍ਰਦੂਸ਼ਣ ਘਟਾਉਣ ਦੇ ਕਈ ਤਰੀਕੇ ਹੋ ਸਕਦੇ ਹਨ, ਇਹ ਆਪਾਂ ਨਾ ਜਦੋਂ ਐਸੇਜ਼ ਲਿਖਦੇ ਹਾਂ ਉਹਦੇ ਵਿੱਚ ਆਪਾਂ ਪ੍ਰੋਬਲਮ ਅਤੇ ਸੋਲਿਊਸ਼ਨਸ ਵਾਲੇ ਐਸੇ ਲਿਖਦੇ ਉਹਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਦੇਅਰ ਕੈਨ ਬੀ ਮੈਨੀ ਮੈਥਡਸ ਜਾਂ ਵੇਜ਼ ਟੂ ਰਿਡਿਊਸ ਪੋਲਿਊਸ਼ਨ, ਪੋਲਿਊਸ਼ਨ ਘਟਾਉਣ ਦੇ ਕੀ ਆ ਬਹੁਤ ਸਾਰੇ ਤਰੀਕੇ ਆ, ਮੈਥਡਸ ਆ ਕਈ ਕਾਫੀ ਜ਼ਿਆਦਾ। ਦੈਨ ਇਜ਼ ਕਾਨੂੰਨ ਸਖਤ ਹੋਣੇ ਚਾਹੀਦੇ ਹਨ, ਹੋਣੇ ਚਾਹੀਦੇ ਆ, ਸ਼ੁੱਡ ਆਪਾਂ ਲਗਾਉਂਗੇ ਇੱਥੇ। ਦੇਅਰ ਸ਼ੁੱਡ ਬੀ ਸਟ੍ਰਿਕਟ ਰੂਲਸ, ਸਟ੍ਰਿਕਟ ਦੀ ਜਗ੍ਹਾ 'ਤੇ ਆਪਾਂ ਸਟਰਨ ਰੂਲਸ ਵੀ ਲਿਖ ਸਕਦੇ ਹਾਂ। ਸ਼ਹਿਰ ਦੇ ਬਾਹਰ ਦਰਖਤ ਹੋਣੇ ਚਾਹੀਦੇ ਹਨ, ਸ਼ਹਿਰ ਦੇ ਬਾਹਰ ਦਰਖਤ ਹੋਣੇ ਚਾਹੀਦੇ ਆ। ਦੇਅਰ ਸ਼ੁੱਡ ਬੀ ਪਲਾਂਟਸ ਆਊਟਸਾਈਡ ਸਿਟੀ, ਸਿਟੀ ਦੇ ਬਾਹਰ ਦਰਖਤ ਹੋਣੇ ਚਾਹੀਦੇ ਆਪਣੇ ਕੋਲ। ਹਰ ਸ਼ਹਿਰ ਵਿੱਚ ਇੱਕ ਪਾਰਕ ਹੋਣਾ ਚਾਹੀਦਾ ਹੈ, ਅਤੇ ਇਹ ਟ੍ਰਾਂਸਲੇਟ ਹੋ ਸਕਦਾ ਦੇਅਰ ਸ਼ੁੱਡ ਬੀ ਅ ਪਾਰਕ ਇਨ ਐਵਰੀ ਸਿਟੀ, ਐਵਰੀ ਸਿਟੀ ਦੇ ਵਿੱਚ ਪਾਰਕ ਹੋਣਾ ਚਾਹੀਦਾ ਆਪਣੇ ਕੋਲ। ਕੱਲ੍ਹ ਨੂੰ ਤਾਪਮਾਨ ਜ਼ਿਆਦਾ ਹੋਵੇਗਾ, ਤਾਪਮਾਨ ਵੱਧ ਜੂਗਾ ਕੱਲ੍ਹ ਨੂੰ। ਦੇਅਰ ਵਿਲ ਬੀ ਇਨਕਰੀਜ਼ ਇਨ ਟੈਂਪਰੇਚਰ ਟੁਮੋਰੋ, ਟੁਮੋਰੋ ਕੀ ਤਾਪਮਾਨ ਜ਼ਿਆਦਾ ਹੋਊਗਾ। ਮੇਰੀ ਸਹੇਲੀ ਕੋਲ ਵਧੀਆ ਨੌਕਰੀ ਹੋਵੇਗੀ, ਹੋਊਗੀ, ਵਿਲ ਬੀ ਵੁੱਡ ਬੀ ਏਵੇਂ, ਠੀਕ ਹੈ, ਹੈਵ ਹੈਜ਼ ਹੈਵ ਲੱਗੂ ਕਿਉਂਕਿ ਨੌਕਰੀ ਹੋਵੇਗੀ ਉਹਦੇ ਕੋਲ ਹੋਊਗੀ। ਮਾਈ ਫਰੈਂਡ ਵੁੱਡ ਹੈਵ ਗੁੱਡ ਜੋਬ, ਠੀਕ ਹੈ, ਗੁੱਡ ਜੋਬ, ਗੁੱਡ ਵਰਕ, ਕੁਝ ਵੀ ਇੱਦਾਂ ਨਾ। ਨਾਓ ਦਿਸ ਇਜ਼ ਐਂਡ ਆਫ ਯੂਅਰ ਟੂਡੇਜ਼ ਲੈਸਨ, ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ, ਇਹਨੂੰ ਆਪਣੇ ਫਰੈਂਡਸ ਦੇ ਨਾਲ, ਫੈਮਿਲੀ ਦੇ ਨਾਲ ਵੀ ਸ਼ੇਅਰ ਕਰ ਦਿਓ ਜੇ ਤੁਹਾਨੂੰ ਲੱਗਦਾ ਕਿ ਯੂਜ਼ਫੁੱਲ ਹੋ ਸਕਦੀ ਵੀਡੀਓ ਉਹਨਾਂ ਦੇ ਲਈ ਵੀ, ਠੀਕ ਹੈ। ਥੈਂਕਸ ਫੋਰ ਵਾਚਿੰਗ ਐਂਡ ਆਈ ਵਿਲ ਬੀ ਸੂਨ ਹੇਅਰ ਬਾਈ ਹੈਵਿੰਗ ਨੈਕਸਟ ਵੀਡੀਓ, ਥੈਂਕ ਯੂ।